ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫਿਰ ਹਾਜ਼ਰ ਆ ਸਾਡੇ ਨਾਲ ਮੌਜੂਦ ਨੇ ਨੈਵੀਗੇਟਰਸ ਓਵਰਸੀ ਸੀ ਸੋਲੂਸ਼ਨਸ ਪ੍ਰਾਈਵੇਟ ਲਿਮਟਿਡ ਤੋਂ ਮੈਮ ਵੀਨਾ ਕੋਇਲ ਔਰ ਅੱਜ ਗੱਲ ਆਇਰਲੈਂਡ ਦੀ ਕਰਾਂਗੇ ਆਇਰਲੈਂਡ ਬਹੁਤ ਮਹੱਤਵਪੂਰਨ ਡੈਸਟੀਨੇਸ਼ਨ ਬਣ ਕੇ ਸਾਡੇ ਸਟੂਡੈਂਟਸ ਦੇ ਲਈ ਉੱਭਰਿਆ ਔਰ ਜੁਲਾਈ ਔਰ ਅਗਸਟ ਦੇ ਵਿੱਚ ਆਇਰਲੈਂਡ ਦੇ ਇਨਟੇਕਸ ਜਿਹੜੇ ਨੇ ਉਹ ਅਵੇਲੇਬਲ ਨੇ 10+2 ਤੋਂ ਬਾਅਦ ਜਾਂ ਗ੍ਰੈਜੂਏਸ਼ਨ ਤੋਂ ਬਾਅਦ ਸਾਡੇ ਬੱਚੇ ਆਇਰਲੈਂਡ ਜਾ ਸਕਦੇ ਨੇ ਔਰ ਵੀਨਾ ਮੈਮ ਦੱਸ ਰਹੀ ਸੀ ਕਿ ਆਇਰਲੈਂਡ ਦੇ ਲਈ ਕੋਈ ਵੀ ਫੀਸ ਸਪான்ਸਰ ਕਰ ਸਕਦਾ ਹੈ ਕੋਈ ਵੀ ਰਿਸ਼ਤੇਦਾਰ ਸੋ ਇਹ ਬਹੁਤ ਵੱਡੀ ਗੱਲ ਹੈ ਪਰ ਕਿਸ ਤਰ੍ਹਾਂ ਦੇ ਆਇਰਲੈਂਡ ਦੇ ਵਿੱਚ ਕੋਰਸਸ ਨੇ ਕਿਸ ਤਰ੍ਹਾਂ ਦਾ ਫਿਊਚਰ ਹੈ ਇਹ ਸਾਰੀਆਂ ਗੱਲਾਂ ਅੱਜ ਵੀਨਾ ਗੋਇਲ ਮੈਮ ਤੋਂ ਜਾਣਾਂਗੇ ਮੈਮ ਬਹੁਤ ਬਹੁਤ ਸਵਾਗਤ ਹੈ ਜੀ ਸ਼ਸ਼੍ਰੀ ਗਰ ਮੈਮ ਮੈਂ ਚਾਹਾਂਗਾ ਕਿ ਇਹ ਟੂ ਜ਼ੈਡ ਤੁਸੀਂ ਆਇਰਲੈਂਡ ਦੀ ਅੱਜ ਇਨਫੋਰਮੇਸ਼ਨ ਦਿਓ ਤੇ ਕਿਸ ਤਰ੍ਹਾਂ ਦੇ ਕੋਰਸਸ ਉੱਤੇ ਡਿਮਾਂਡ ਚ ਰਹਿੰਦੇ ਨੇ ਔਰ ਹੁਣ 10+2 ਜਾਂ ਸਾਡੇ ਪੁਰਾਣੇ ਬੱਚੇ ਜੁਲਾਈ ਤੇ ਅਗਸਟ ਲਈ ਕਦੋਂ ਔਰ ਕਿਵੇਂ ਅਪਲਾਈ ਕਰ ਸਕਦੇ ਨੇ ਔਰ ਰਿਕੁਆਇਰਮੈਂਟਸ ਕੀ ਨੇ ਆ ਸਰੰਦੇ ਜੀ ਦੇਖੋ ਆਇਰਲੈਂਡ ਜਿਹੜਾ ਬੱਚਾ ਜਾਣ ਵਾਲਾ ਨਾ ਉਹ ਸਮਝ ਹੋਣੀ ਚਾਹੀਦੀ ਕਿ ਕਿਸ ਕਿਸਮ ਦਾ ਬੱਚਾ ਜਾ ਸਕਦਾ ਹੈ ਰਾਈਟ ਹੁਣ ਆਇਰਲੈਂਡ ਜਿਹੜਾ ਯੂਰਪ ਦੀ ਕੰਟਰੀਜ਼ ਦੇ ਵਿੱਚ ਇੱਕ ਕੰਟਰੀ ਇਕੱਲਾ ਇਦਾਂ ਦਾ ਜਿਹਦੇ ਵਿੱਚ 100% ਇੰਗਲਿਸ਼ ਹੈ ਕਿਉਂਕਿ ਯੂਕੇ ਦੇ ਬਿਲਕੁਲ ਨਾਲ ਹੈ ਔਰ 100% ਇੰਗਲਿਸ਼ ਬੋਲੀ ਜਾਂਦੀ ਹੈ ਇੱਥੇ ਆਇਰਲੈਂਡ ਦੇ ਵਿੱਚ ਜੇ ਤੁਸੀਂ ਦੇਖੋ ਸਭ ਤੋਂ ਪਹਿਲਾ ਪੁਆਇੰਟ ਬੱਚਾ ਆਇਰਲੈਂਡ ਕਿਉਂ ਜਾਏ ਜਾ ਤੁਸੀਂ ਅਜ ਤੋਂ 2-4 ਸਾਲ ਪਹਿਲੇ ਦੇਖੋ ਨਾ ਤੇ ਪੂਰੇ ਜਹਾਜ਼ ਦੇ ਜਹਾਜ਼ ਪਰ ਕੇ ਆਇਰਲੈਂਡ ਜਾਂਦੇ ਸੀ ਬੱਚੇ ਉਹਦੇ ਬਾਅਦ ਉਹ ਇੱਕ ਸਾਡੇ ਇੱਥੇ ਪੇੜ ਚਾਲ ਆ ਕਿ ਉਹ ਕੈਨੇਡਾ ਜਾ ਰਹੇ ਤਾਂ ਮੈਂ ਕੈਨੇਡਾ ਜਾਣਾ ਹੈ ਜਾਂ ਆਸਟ੍ਰੇਲੀਆ ਜਾ ਰਹੇ ਤਾਂ ਆਸਟ੍ਰੇਲੀਆ ਜਾਣਾ ਆਇਰਲੈਂਡ ਦੇ ਵਿੱਚ ਤੁਸੀਂ ਦੇਖੋ ਕਿ ਕਿੰਨਾ ਸੌਖਾ ਉੱਥੇ ਸੈਟਲ ਹੋਣਾ ਆਈਟੀ ਦੀ ਇੰਨੀ ਕ ਜਿਆਦਾ ਡਿਮਾਂਡ ਹੈ ਫਾਰਚੂਨ 500 ਕੰਪਨੀਆਂਜ਼ ਆ ਪੂਰੇ ਵਰਲਡ ਜਿਨ੍ਹਾਂ ਦੇ ਵਿੱਚ 480 ਦੇ ਜਾਂ ਤੇ ਹੈੱਡ ਆਫਿਸ ਹੈ ਜਾਂ ਆਪਣੇ ਆਫਿਸਿਸ ਹੈ ਆਇਲੈਂਡ ਦੇ ਵਿੱਚ ਜਦ ਇੰਨੀ ਕੰਪਨੀਆਂ ਗਲੋਬਲੀ ਜਿਹੜੇ ਇੱਕ ਜਗ੍ਹਾ ਇੱਕ ਕੰਟਰੀ ਵਿੱਚ ਹੋਣਗੇ ਉਹਦਾ ਕੋਈ ਰੀਜ਼ਨ ਹੋਏਗਾ ਰੀਜ਼ਨ ਕੀ ਹੈ ਕਥੇ ਟੈਕਸ ਬਹੁਤ ਘਟਾ ਹੈ 10 12% ਖੱਲੀ ਟੈਕਸ ਹੈ ਜਿਹੜਾ ਕੰਪਨੀਆਂ ਨੂੰ ਬੈਨੀਫਿਟ ਦੇ ਰਿਹਾ ਹੁਣ ਇੰਨੀ ਕੰਪਨੀਆਂ ਹੋਣਗੀ ਤਾਂ ਤੁਸੀਂ ਦੇਖੋ ਇੰਪਲॉयਮੈਂਟ ਰੇਟ ਕਿੰਨਾ ਹੋਏਗਾ ਹੁਣ ਆਈਟੀ ਦਾ ਜੇ ਕੰਪਨੀ ਹੋਏਗੀ ਤਾਂ ਨੇਚੁਰਲ ਆ ਬਿਜ਼ਨਸ ਦੀ ਰਿਕੁਆਇਰਮੈਂਟ ਵੀ ਹੋਏਗੀ ਕਿਉਂਕਿ ਆਈਟੀ ਦਾ ਜਿਹੜਾ ਪ੍ਰੋਜੈਕਟ ਆ ਉਹਨੂੰ ਸੇਲ ਕਰਨ ਵਾਸਤੇ ਵੀ ਬੰਦੇ ਜਿਹੜੇ ਬਿਜ਼ਨਸ ਦੇ ਪ੍ਰੋਮੋਸ਼ਨ ਕਰਨ ਵਾਲੇ ਤਾਂ ਬਿਜ਼ਨਸ ਦੀ ਵੀ ਉਨੀ ਹੀ ਡਿਮਾਂਡ ਹੈ ਜਿੰਨੇ ਤੁਹਾਡੇ ਆਈਟੀ ਦੀ ਡਿਮਾਂਡ ਹੈ ਯਾ ਜਿੰਨੀ ਤੁਹਾਡੇ ਕੋਈ ਹਸਪੀਟਲ ਕਿਉਂਕਿ ਟੂਰਿਜ਼ਮ ਵੀ ਬਹੁਤ ਜ਼ਿਆਦਾ ਹੈ ਤਾਂ ਕੋਈ ਵੀ ਕੋਰਸ ਬੱਚਾ ਲੈ ਲੈ ਤੁਸੀਂ ਇਹ ਦੇਖੋ ਆਇਰਲੈਂਡ ਕੈਨ ਬੀ ਵਨ ਸਟਾਪ ਬਿਊਟੀਫੁਲ ਸਪੌਟ ਫਾਰ ਦਾ ਸਟੂਡੈਂਟਸ ਐਲੀਜੀਬਿਲਟੀ ਕੀ ਚਾਹੀਦੀ ਹੈ ਉੱਥੇ ਮੈਕਸਿਮਮ ਯੂਨੀਵਰਸਿਟੀਆਂ ਚ ਕੀ 4 ਸਾਲ ਦੀ ਗ੍ਰੈਜੂਏਸ਼ਨ ਹੁੰਦੀ ਹੈ ਪਰ ਸਾਡੇ ਕੋਲ ਆਪਸ਼ਨ ਹੈ ਜੇ ਬੱਚੇ ਨੇ ਜਸਟ 3 ਇਅਰ ਦੀ ਗ੍ਰੈਜੂਏਸ਼ਨ ਕੀਤੀ ਹੋਈ ਹੈ ਤਾਂ ਟਾਪ-ਅਪ ਨੂੰ ਮਿਲ ਜਾਏਗੀ ਲੈਵਲ 8 ਤੇ ਬੈਚਲਰ ਉਹਦੀ ਹੋ ਗਈ ਉਹਨੇ ਐਂਟਰੀ ਲੈ ਲਈ 4th ਇਅਰ ਚ ਇੱਥੇ ਵੀ 3 ਸਾਲ ਦੇ ਜਿਹੜੇ ਡਾਕੂਮੈਂਟਸ ਦੇ ਕੇ ਤੇ ਉਹਨੂੰ ਪੋਸਟਡਿ ਵਰਕ ਪਰਮਿਟ ਆਪਣਾ ਪੂਰਾ 2 ਸਾਲ ਦਾ ਮਿਲ ਗਿਆ ਸੌਰੀ 1 ਸਾਲ ਦਾ ਮਿਲ ਗਿਆ ਔਰ ਜੇ ਉਹ ਮਾਸਟਰਸ ਕਰਦਾ ਹੈ ਲੈਵਲ 9 ਤੇ ਉਹਨੂੰ ਪੋਸਟਡਿ ਵਰਕ ਪਰਮਿਟ 2 ਇਅਰਸ ਦਾ ਮਿਲ ਗਿਆ ਐਂਟਰੀ ਰਿਕੁਆਇਰਮੈਂਟਸ ਕੀ ਹੈ 6 ਬੈਂਡ ਓਵਰਆਲ ਜਸਟ 6 ਬੈਂਡ ਚਾਹੀਦੇ ਹੈ ਚਾਹੇ ਬੈਚਲਰ ਹੋਵੇ ਚਾਹੇ ਮਾਸਟਰਸ ਹੋਵੇ ਪਰਸੈਂਟੇਜ 55 60% ਕੁਝ ਵੀ ਹੋ ਸਕਦੀ ਹੈ ਫੰਡਸ ਕਿੰਨੇ ਸ਼ੋ ਕਰਨੇ ਹਨ ਫੀਸ ਦੇ ਅਲਾਵਾ ਫੀਸ ਜਿਹੜੀ ਹੈ ਉਹ ਹੀ 8 8000 10000 ਯੂਰੋ ਤੋਂ ਸਟਾਰਟ ਹੋ ਕੇ 12 13000 ਯੂਰੋ ਡਿਪੈਂਡ ਕਰਦਾ ਹੈ ਟੈਕਨੀਕਲ ਕੋਰਸ ਹੈ ਨਾਨ ਟੈਕਨੀਕਲ ਕੋਰਸ ਹੈ ਜਿਹੜੀ ਲੀਵਿੰਗ ਐਕਸਪੈਂਸ ਸ਼ੋ ਕਰਨੇ ਉਹ ਵੀ 10000 ਯੂਰੋ ਸ਼ੋ ਕਰਨੇ ਆ ਇਹਦੇ ਵਿੱਚ ਐਮਬੈਸੀ ਤੋਂ ਬੌਂਡ ਵੀ ਪਰਚੇਸ ਹੋ ਜਾਂਦੇ ਆ ਆਇਲੈਂਡ ਦੇ ਵਿੱਚ ਫੰਡ ਜਰੂਰ 6 ਮੰਥ ਹੋਲਡ ਚਾਹੀਦੇ ਪਰ ਤੁਹਾਡੇ ਮਾਮਾ ਚਾਚਾ ਤਾਇਆ ਕੋਈ ਵੀ ਤੁਹਾਨੂੰ ਸਪான்ਸਰ ਕਰ ਸਕਦਾ ਹੈ ਜਾਂ 100% ਐਜੂਕੇਸ਼ਨ ਲੋਨ ਵੀ ਲੈ ਸਕਦੇ ਹੋ ਉਹਦਾ ਵੀ ਕੋਈ ਪ੍ਰੋਬਲਮ ਨਹੀਂ ਹੈ ਮੰਨ ਲਓ ਹੁਣ ਬੱਚਾ ਇਹ ਕ੍ਰਾਈਟੇਰੀਆ ਨਹੀਂ ਪੂਰਾ ਕਰ پا ਰਿਹਾ ਉਹ ਜਾਣਾ ਚਾਹੁੰਦਾ ਆਇਰਲੈਂਡ ਆਇਰਲੈਂਡ ਇਸ ਵਨ ਆਫ ਦਾ ਬਿਊਟੀਫੁਲ ਕੰਟਰੀ ਅਗੇਨ ਮੈਂ ਤੁਹਾਨੂੰ ਇਹ ਦੱਸੂंगे ਔਰ ਤੁਸੀਂ ਇੰਟਰਨੈਟ ਜੋ ਵੀ ਚੀਜ਼ ਮੈਂ ਕਹਿੰਨੀ ਆ ਤੁਸੀਂ ਇੰਟਰਨੈਟ ਤੇ ਪੂਰਾ ਸਰਚ ਕਰੋ ਜੇ ਬੱਚੇ ਦੇ ਕੋਲ IELTS ਕੱਟ ਹੈ ਜਾਂ ਪਰਸੈਂਟੇਜ ਕੱਟ ਹੈ ਉਹ ਸਰਟੀਫਿਕੇਟ ਕੋਰਸ ਬਾਨੀਅਰ ਦਾ ਲੈ ਸਕਦਾ ਹੈ ਸਰਟੀਫਿਕੇਟ ਕੋਰਸ ਦੇ ਵਿੱਚ ਜਿਹੜਾ IELTS ਸਾਡੇ ਕੋਲ ਜਿਹੜਾ 5 ਬੈਂਡ ਹੈ ਅਸੀਂ ਉਸ ਬੱਚੇ ਨੂੰ ਵੀ ਐਕਸੈਪਟ ਕਰ ਲਾਂਗੇ ਜਾਂ ਪਰਸੈਂਟੇਜ ਕੱਟ ਹੈ ਉਹਨੂੰ ਵੀ ਐਕਸੈਪਟ ਕਰ ਲਾਂਗੇ ਐਂਡ ਯੂ ਵੋਂਟ ਬਿਲੀਵ ਜਿਹੜੀ ਸਰਟੀਫਿਕੇਟ ਕੋਰਸ ਦੀ ਜਿਹੜੀ ਫੀਸ ਹੈ ਉਹ ਖਾਲੀ 7 75000 ਯੂਰੋ ਮਤਲਬ 6 ਲੱਖ ਚੰਨ ਲੱਗਦਾ ਤੁਸੀਂ ਜਿਹੜਾ ਆ ਆਇਰਲੈਂਡ ਦਾ 1 ਸਾਲ ਦਾ ਕੋਰਸ ਕਰ ਸਕਦੇ ਹੋ ਜਿਹੜਾ ਕਿ ਅਸੀਂ ਲੋਕਲ ਕੋਈ ਵੀ ਅੱਛੀ ਯੂਨੀਵਰਸਿਟੀ ਚ ਪਾਈਏ ਉਹਦੇ ਉਹਦੇ ਵਿੱਚ ਵੀ ਤੁਹਾਡੇ ਇੰਨੇ ਖਰਚੇ ਆ ਜਾਣਾ ਔਰ ਤੁਹਾਨੂੰ ਇੱਕ ਇੰਟਰਨੈਸ਼ਨਲ ਐਕਸਪੋਜ਼ਰ ਮਿਲ ਰਿਹਾ ਕੋਈ ਵੀ ਜਗ੍ਹਾ ਜਰ ਤੁਸੀਂ ਲੈਵਲ 8 ਦਾ ਕੋਰਸ ਕਰ ਰਹੇ ਹੋ 1 ਇਅਰ ਦਾ ਤੁਹਾਨੂੰ ਜੌਬ ਸਰਚ ਵੀਜ਼ਾ ਮਿਲ ਰਿਹਾ ਤੇ ਔਰ ਉਹਦੇ ਬਾਅਦ ਤੁਸੀਂ ਜਿਹੜਾ ਫੰਡਸ ਵੀ ਘਟ ショਅ ਕਰਨਾ ਕੋਈ ਮਰਜ਼ੀ ਸ਼ੋਅ ਕਰ ਸਕਦਾ ਹੈ ਤੁਸੀਂ 100% এডਿਕੇਸ਼ਨ ਲੋਨ ਲੈ ਸਕਦੇ ਹੋ ਤਾਂ ਮੀਨਸ ਵੀ ਟੂ ਹੈਵ ਅ ਲੋਟ ਆਫ ਆਪਸ਼ਨ ਜੇ ਤੁਹਾਡੀ ਪਰਸੈਂਟੇਜ ਠੀਕ ਹੈ ਫੋਰਥ ইয়ার ਚ ਟਾਪ ਅਪ ਲੈਣਾ ਤੁਸੀਂ ਟਾਪ ਅਪ ਗ੍ਰੈਜੂਏਸ਼ਨ ਲੈ ਲਈ ਗ੍ਰੈਜੂਏਸ਼ਨ ਤੁਸੀਂ ਕੋਈ ਬੀਟੈਕ ਵਗੈਰਾ ਕੀਤੀ ਹੋਈ ਹੈ ਤੁਸੀਂ ਟੂ ইয়ারਸ ਦੀ ਮਾਸਟਰਸ ਲੈ ਲਓ ਟੂ ইয়ারਸ ਦਾ ਪੋਸਟ ਸਟਡੀ ਵਰਕ ਪਰਮਿਟ ਮਿਲ ਜਾਏਗਾ 6 ਬੈਂਡ ਓਵਰ ਆਲ ਹੋਣੇ ਚਾਹੀਦੇ ਆ 10000 ਯੂਰੋ ਖਾਲੀ ਤੁਸੀਂ ਲਿਵਿੰਗ ਐਕਸਪੈਂਸ ਸ਼ੋ ਕਰਨੇ ਆ 6 ਮੰਥ ਓਲਡ ਹੋਣੇ ਚਾਹੀਦੇ ਐਂਡ ਕੋਈ 10000 ਡਿਪੈਂਡ ਕਰਦਾ ਮੈਂ 7000 ਦਾ ਵੀ ਕੋਰਸ ਤੁਹਾਨੂੰ ਦੇ ਸਕਦੀ ਆ 10000 ਯੂਰੋ ਦਾ ਵੀ ਔਰ 8000 ਦਾ ਵੀ ਇਹ ਡਿਪੈਂਡਸ ਕਿ ਤੁਸੀਂ ਕੀ ਲੈਣਾ ਹੈ ਉਹਦੇ ਹਿਸਾਬ ਨਾਲ ਤੇ ਵੀ ਟੂ ਹੈਵ ਅ ਡਿਫਰੈਂਟ অপਸ਼ਨਸ ਲੇਕਿਨ ਆਇਰਲੈਂਡ ਇਜ਼ ਵਨ ਆਫ ਦਾ ਬਿਊਟੀਫੁਲ ਕੰਟਰੀ ਜਿੱਥੇ ਕਿ ਤੁਹਾਨੂੰ ਆਪਣਾ ਬੱਚਾ ਵੀ ਜਦ ਕਮ ਆ ਰਿਹਾ ਤੇ ਉਹਨੂੰ ਵੀ ਟੈਕਸ ਰੇਟ ਉੱਥੇ ਬਹੁਤ ਘੱਟ ਹੈ ਕੰਪਨੀਆਂਜ਼ ਨੂੰ ਤਾਂ ਖੱਲੀ 10 12% ਹਰ ਕੰਟਰੀ ਚ ਚਾਹੇ ਤੁਸੀਂ ਆਸਟ੍ਰੇਲੀਆ ਚ ਚੱਕ ਲੋ ਚਾਹੇ ਕੈਨੇਡਾ ਚ ਚੱਕ ਲੋ 30% ਤੋਂ ਉੱਪਰ ਬੱਚਿਆਂ ਦਾ ਟੈਕਸ ਜਾ ਰਿਹਾ ਹੈ ਜਦਕਿ ਆਇਰਲੈਂਡ 'ਚ 15 ਤੋਂ 20% ਖਾਲੀ ਟੈਕਸ ਜਾਂਦਾ ਹੈ ਇਟ ਕੈਨ ਬੀ ਵੈਰੀ ਬਿਊਟੀਫੁਲ ਕੰਟਰੀ ਐਂਡ ਯੂ ਕੈਨ ਕੰਟੈਕਟ ਅਸ ਐਨੀ ਟਾਈਮ ਬਿਲਕੁਲ ਠੀਕ ਹੈ ਜੀ ਸੋ ਆਇਰਲੈਂਡ ਦੇ ਉੱਪਰ ਵੀ ਬਹੁਤ ਹੀ ਮਹੱਤਵਪੂਰਨ ਇਨਫੋਰਮੇਸ਼ਨ ਹੈ ਸੋ ਕਈ ਇੰਪੋਰਟੈਂਟ ਪੁਆਇੰਟਸ ਮੈਂ ਨੋਟ ਕੀਤੇ ਨੇ ਜਿਹੜੇ ਆਉਂਦੇ ਦਿਨਾਂ ਦੇ ਵਿੱਚ ਸਾਡੇ ਲਈ ਹੋਰ ਹੈਲਪਫਲ ਹੋਣਗੇ ਥੈਂਕ ਯੂ ਸੋ ਮੱਚ ਵਿਨਾ ਮੈਮ ਔਰ ਸਕਰੀਨ ਤੇ ਨੰਬਰ ਹੈ ਇਸ ਨੰਬਰ ਤੇ ਤੁਸੀਂ ਜ਼ਰੂਰ ਸੰਪਰਕ ਕਰੋ ਵਿਨਾ ਮੈਮ ਨਾਲ ਇਹਨਾਂ ਦੀ ਟੀਮ ਨਾਲ ਚੰਡੀਗੜ੍ਹ ਦੇ ਵਿੱਚ ਸ ਨੈਵੀਗੇਟਰਸ ਓਵਰਸੀਜ਼ ਸੋਲੂਸ਼ਨਸ ਪ੍ਰਾਈਵੇਟ ਲਿਮਟਿਡ ਸੋ ਇਸ ਗੱਲ ਨੂੰ ਤੁਸੀਂ ਧਿਆਨ ਵਿੱਚ ਰੱਖਣਾ ਥੈਂਕ ਯੂ ਸੋ ਮਚ ਥੈਂਕ ਯੂ